GCI Ludhiana Vishnu ਵੱਲੋਂ Mission Diabetes Free India ਦੇ ਤਹਿਤ Free Mega Blood Sugar Checkup Camp Gurudwara Ravidas Pind Sunet BRS Nagar ਚ ਲਗਾਇਆ ਗਿਆ। ਇਸ ਬਲੱਡ ਸ਼ੂਗਰ ਚੈੱਕਅਪ ਕੈਂਪ ਵਿੱਚ ਲਗਭਗ 100 ਦੇ ਕਰੀਬ ਲੋਕਾਂ ਨੇ ਹਿੱਸਾ ਲਿਆ। ਸਰਦਾਰ ਪਵਨਦੀਪ ਸਿੰਘ ਜੀ ਦਾ ਇਸ ਜਗ੍ਹਾ ਤੇ ਖਾਸ ਤੌਰ ਤੇ ਇਹ ਕੈਂਪ ਲਗਾਉਣ ਦਾ ਮਕਸਦ ਸੀ ਕਿ ਸੁਨੈਤ ਪਿੰਡ ਦੇ ਗਰੀਬਾਂ ਦੀ ਸ਼ੂਗਰ ਬਿਨਾਂ ਕਿਸੇ ਪੈਸਿਆਂ ਦੇ ਚੈੱਕ ਹੋ ਸਕੇ ਅਤੇ ਉਹਨਾਂ ਨੂੰ ਇਸ ਦੇ ਬਾਰੇ ਚ ਜਾਗਰੂਕ ਕਰਾਇਆ ਜਾ ਸਕੇ। GCI ਇੱਕ ਅਮਰੀਕਾ ਦੀ ਵਰਲਡ ਲੈਵਲ ਦੀ ਇੱਕ NGO ਟਾਈਪ ਇੰਸਟੀਚਿਊਟ ਹੈ ਜਿਹਦਾ ਕੰਮ ਹੈਗਾ ਵੀ ਸਾਰੇ ਵਰਲਡ ਦੇ ਵਿੱਚ ਸੇਵਾ ਕਰਨਾ, ਜਿਸ ਤਰੀਕੇ ਨਾਲ ਵੀ ਸੇਵਾ ਹੋ ਸਕੇ ਉਹਨਾਂ ਦੇ ਜਿਹੜੇ ਹੈਗੇ ਨੇ ਨਾਲ ਜੁੜੇ ਨੇ ਉਹਨਾਂ ਨੂੰ ਉੱਪਰ ਚੁੱਕਣਾ ਅਤੇ ਮੇਨ ਇਹਨਾਂ ਦਾ ਮਨੋਰਥ ਹੈ। ਇਸੇ ਤਰੀਕੇ ਨਾਲ ਇੱਕ GCI ਇੰਡੀਆ ਹੈਗੀ ਹੈ, GCI ਇੰਡੀਆ ਜਿਹੜਾ ਉਹ ਇੰਡੀਆ ਸੰਭਾਲ ਰਹੀ ਹੈ, ਹਰ ਇੰਡੀਆ ਦੇ ਕੋਨੇ ਕੋਨੇ GCI ਦੇ ਚੈਪਟਰਸ ਖੁੱਲ੍ਹੇ ਨੇ। ਉਸੇ ਤਰੀਕੇ ਨਾਲ ਅਸੀਂ GCI ਲੁਧਿਆਣਾ ਤੋਂ ਹੈਗੇ ਹਾਂ ਜਿਹਦਾ ਨਾਮ ਹੈ GCI ਲੁਧਿਆਣਾ ਵਿਜ਼ਨੋ, ਅਸੀਂ ਉਸ ਚੈਪਟਰ ਦੇ ਨਾਲ ਜੁੜੇ ਹੋਏ ਹਾਂ। ਇਹ ਜਿਹੜਾ ਅੱਜ ਫ੍ਰੀ ਸ਼ੂਗਰ ਚੈੱਕਅਪ ਕੈਂਪ ਲਗਾਇਆ ਗਿਆ ਇਹਦਾ ਮਿਸ਼ਨ ਹੈਗਾ ਮਿਸ਼ਨ ਟ੍ਰੀਟ ਡਾਇਬਟੀਜ਼ ਇੰਡੀਆ, ਅਤੇ ਇਸ ਤਰੀਕੇ ਨਾਲ ਪੂਰਾ ਆਲ ਓਵਰ ਇੰਡੀਆ ਚੱਲ ਰਿਹਾ। ਅਤੇ ਸਾਡੇ GCI ਲੁਧਿਆਣਾ ਵਿਜ਼ਨੋ ਵੱਲੋਂ ਸਨੇਤ ਗੁਰਦੁਆਰਾ ਜਿਹੜਾ ਭਾਈ ਰਣਜੀਤ ਸਿੰਘ ਨਗਰ ਵਿੱਚ ਪੈਂਦਾ ਗੁਰਦੁਆਰਾ ਰਵੀਦਾਸ, ਉੱਥੇ ਅਸੀਂ ਕੈਂਪ ਲਗਾਇਆ ਅਤੇ ਇੱਥੇ ਦੇ ਆਲ ਜਿਹੜੇ ਸਨੇਤ ਪਿੰਡ ਦੀ ਜਿਹੜੀ ਸੰਗਤ ਹੈ ਉਹ ਕਾਫੀ ਆ ਰਹੇ ਨੇ, ਬੜਾ ਅੱਛਾ ਉਹਨਾਂ ਦਾ ਫ੍ਰੀ ਸ਼ੂਗਰ ਚੈੱਕਅਪ ਕੈਂਪ ਕੀਤਾ ਜਾ ਰਿਹਾ। ਇਹ ਮਨੋਰਥ ਇਹੀ ਹੈ ਵੀ ਕਿਸੇ ਨੂੰ ਜਿਹੜਾ ਆਮ ਮੰਨ ਲਓ ਗਰੀਬ ਪਰਿਵਾਰ ਵੀ ਹੈ, ਕੋਈ ਗਰੀਬ ਨਹੀਂ ਚੈੱਕ ਕਰਾ ਸਕਦਾ, ਉਹਨਾਂ ਨੂੰ ਨਹੀਂ ਪਤਾ ਲੱਗ ਸਕਦਾ, ਅਤੇ ਸਾਡੀ ਕੋਸ਼ਿਸ਼ ਹੈ ਹਰ ਉਸ ਕੋਨੇ ਵਿੱਚ ਪਹੁੰਚ ਕੇ ਜਿਹੜੇ ਉਹਨਾਂ ਦਾ ਚੈੱਕਅਪ ਕੀਤਾ ਜਾਵੇ, ਉਹਨਾਂ ਨੂੰ ਪਤਾ ਲੱਗ ਸਕੇ ਵੀ ਕੀ ਹੈ ਸ਼ੂਗਰ ਜ਼ਿਆਦਾ ਜਾਂ ਘੱਟ ਹੈ ਜਾਂ ਕਿਸ ਤਰੀਕੇ ਨਾਲ ਕਰਨੀ ਹੈ। ਸਾਡਾ ਮੇਨ ਇਹ ਚੀਜ਼ ਦਾ ਮੋਟਿਵ ਹੈਗਾ ਜੀ। ਇਸ ਤਰੀਕੇ ਨਾਲ ਅਸੀਂ ਹੋਰ ਵੀ ਕਾਫੀ ਸੇਵਾ ਦੇ ਕੰਮ ਕਰਦੇ ਹਾਂ। Bureau Report, Ludhiana View.